ਤੇਰੀ ਵੀਡੀਓ ਮੇਰੇ ਕੋਲ ਵੀ ਆਈ ਆ, ਲੇਕਿਨ ਉਹਦੇ ਵਿੱਚ ਉਹਨਾਂ ਵੱਲੋਂ ਜਿਹੜੇ ਜਿਹਨਾਂ ਨੇ ਵੀਡੀਓ ਬਣਾਈ ਆ ਉਹਨਾਂ ਵੱਲੋਂ ਇਹ ਨਹੀਂ ਦੱਸਿਆ ਗਿਆ ਵੀ ਕਿਸ ਜਗ੍ਹਾ ਦੀ ਵੀਡੀਓ ਆ। ਲੇਕਿਨ ਜੋ ਭਰੋਸੇਯੋਗ ਸੂਤਰ ਪਤਾ ਲੱਗ ਰਿਹਾ ਵੀ ਉਹ ਇਹ ਦੱਸ ਰਿਹਾ ਵੀ ਇਹ ਜਿਹੜੀ ਆ ਧਾਰ ਏਰੀਏ ਦੀ ਆ, ਅਤੇ ਇਹ ਚੀਤਾ ਜਿਹੜਾ ਵਾ ਕਾਫੀ ਟਾਈਮ ਪਹਿਲਾਂ ਵੀ ਜਿਹੜੇ ਬੱਕਰੀਆਂ ਮਾਰੀਆਂ ਗਈਆਂ ਸੀਗੀਆਂ ਇਸੇ ਚੀਤੇ ਨੇ ਮਾਰੀਆਂ। ਇਹ ਦੋ ਇਹ ਬੱਚਾ ਔਰ ਮੇਲ ਔਰ ਫੀਮੇਲ ਔਰ ਬੱਚਾ ਇਹ ਦੋ ਜਿਹੜੇ ਹੈਗੇ ਆ। ਇਹ ਜਿਹੜਾ ਬੱਚਾ ਜਿਹੜਾ ਆਪਾਂ ਜਿਹੜੀ ਵੀਡੀਓ 'ਚ ਦੇਖ ਰਹੇ ਇਹ ਬੱਚਾ ਵਾ, ਲੇਕਿਨ ਇਹਦੇ ਵਿੱਚ ਇਹ ਵੀ ਆਪਾਂ ਇਹਨਾਂ ਨੂੰ ਕੁਛ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਹੈਬੀਟੈਟ ਆ, ਹੈਬੀਟੈਟ ਦੇ ਵਿੱਚ ਆਪਾਂ ਉਹਨੂੰ ਡਿਸਟਰਬ ਨਹੀਂ ਕਰ ਸਕਦੇ। ਜਿਹੜਾ ਜੰਗਲੀ ਜਾਨਵਰਾਂ ਦਾ ਜਿਹੜਾ ਜੰਗਲ ਆ ਉਹ ਜੰਗਲੀ ਜਾਨਵਰਾਂ ਵਾਸਤੇ ਆ, ਇਸ ਕਰਕੇ ਆਪਾਂ ਉਹਨੂੰ ਡਿਸਟਰਬ ਨਹੀਂ ਕਰ ਸਕਦੇ। ਹਾਂ, ਜੇ ਕੱਲ੍ਹ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਕੋਈ ਮਿਸਹੈਪਨਿੰਗ ਹੁੰਦੀ ਆ ਫਿਰ ਅਸੀਂ ਇਹਨਾਂ 'ਤੇ ਜ਼ਰੂਰ ਕਾਰਵਾਈ ਕਰ ਸਕਦੇ ਹਾਂ।